ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਆ ਜੀ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਘੁੜਾਣੀ ਕਲਾਂ, ਜ਼ਿਲ੍ਹਾ ਲੁਧਿਆਣਾ ਜੀ। ਇਹ ਸਥਾਨ ਦਾ ਇਤਿਹਾਸ ਇਹ ਆ ਜੀ, ਜਦੋਂ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋ ਕੇ ਅੰਮ੍ਰਿਤਸਰ ਵੱਲੋਂ ਜਾ ਰਹੇ ਸੀ ਤਾਂ ਮਹਾਰਾਜ ਇਸ ਸਥਾਨ 'ਤੇ ਪਹੁੰਚੇ ਸੀ ਜੀ। ਮਹਾਰਾਜ ਨੇ ਆਪਣਾ ਕਮਰ ਕੱਸਾ ਢਿੱਲਾ ਕੀਤਾ ਅਤੇ ਮਹਾਰਾਜ ਨੇ ਇਸ ਸਥਾਨ ਦੇ ਉੱਤੇ ਦਮ ਲਿਆ ਜੀ, ਅਤੇ ਇਸ ਸਥਾਨ ਦਾ ਨਾਮ ਪਿਆ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜੀ। ਕੁਝ ਦਿਨ ਮਹਾਰਾਜ ਇਸ ਸਥਾਨ ਦੇ ਉੱਤੇ ਬੈਠੇ ਜੀ। ਇਸ ਤੋਂ ਬਾਅਦ ਮਹਾਰਾਜ ਘੜਾਣੀ ਕਲਾਂ ਪਿੰਡ ਦੇ ਵਿੱਚ ਚਲੇ ਗਏ ਜੀ। ਜਿਹੜਾ ਇਹ ਸਥਾਨ ਆ ਨਾ ਜੀ, ਇਹ ਘੜਾਣੀ ਕਲਾਂ ਪਿੰਡ ਤੋਂ ਪਹਿਲਾਂ ਪੈਂਦਾ ਜੀ। ਫਿਰ ਮਹਾਰਾਜ ਘੜਾਣੀ ਕਲਾਂ ਪਿੰਡ ਦੇ ਵਿੱਚ ਰਹੇ। ਘੜਾਣੀ ਕਲਾਂ ਪਿੰਡ ਦੇ ਵਿੱਚ ਸੁਸ਼ੋਭਿਤ ਆ ਜੀ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਹਵੇਲੀ ਸਾਹਿਬ। ਜਦੋਂ ਨਾ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋਏ ਨੇ ਤਾਂ ਮਹਾਰਾਜ ਨੇ 52 ਕਲੀਆਂ ਵਾਲਾ ਚੋਲਾ ਪਾਇਆ ਹੋਇਆ ਸੀਗਾ ਜੀ, ਜਿਨ੍ਹਾਂ 52 ਕਲੀਆਂ ਨੂੰ ਰਾਜਿਆਂ ਨੇ ਫੜ ਕੇ ਵੀ ਰਿਹਾਈ ਲਈ ਸੀਗੀ ਜੀ, ਮਹਾਰਾਜ ਦੇ ਨਾਲ ਰਿਹਾ ਹੋਏ ਸੀਗੇ ਜੀ। ਉਹ ਚੋਲਾ ਇਸ ਪਿੰਡ ਦੇ ਵਿੱਚ ਮੌਜੂਦ ਆ ਜੀ। ਪਹਿਲਾਂ ਆਪਾਂ ਕਰਦੇ ਹਾਂ ਜੀ ਇਸ ਸਥਾਨ ਦੇ ਦਰਸ਼ਨ ਜੀ। ਇਸ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਕਰਾਂਗੇ ਮਹਾਰਾਜ ਜੀ ਦਾ ਜਿਹੜਾ ਚੋਲਾ ਪਿਆ ਜੀ ਉਹਦੇ ਦਰਸ਼ਨ ਕਰਾਂਗੇ, 52 ਕਲੀਆਂ ਵਾਲਾ ਜੀ। ਮਹਾਰਾਜ ਦਾ ਜੋੜਾ ਪਿਆ ਆ ਜੀ ਉਹਦੇ ਦਰਸ਼ਨ ਕਰਾਂਗੇ, 5 ਗ੍ਰੰਥੀ ਸਾਹਿਬ ਪਈ ਆ ਜੀ ਉਹਦੇ ਦਰਸ਼ਨ ਕਰਾਂਗੇ ਜੀ, ਅਤੇ ਗੁਰਦੁਆਰਾ ਸ਼੍ਰੀ ਨਿੰਮਸਰ ਸਾਹਿਬ ਆ ਜੀ ਉਹਦੇ ਵੀ ਦਰਸ਼ਨ ਕਰਾਂਗੇ ਜੀ। ਪਹਿਲਾਂ ਆਪਾਂ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ, ਆਓ ਚੱਲੀਏ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਆਏ ਹੋਏ ਹਾਂ ਅੱਜ ਗੁਰਦੁਆਰਾ ਚੋਲਾ ਸਾਹਿਬ ਜੀ, ਪਾਤਸ਼ਾਹੀ ਛੇਵੀਂ ਜੀ ਦਾ ਸਥਾਨ ਆ ਜੀ। ਇਹ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਘੜਾਣੀ ਕਲਾਂ ਜੀ, ਅਤੇ ਉਸ ਪਿੰਡ ਦੇ ਵਿੱਚ ਆ ਜੀ ਇਹ ਸਥਾਨ। ਅਸੀਂ ਆਪ ਦਰਸ਼ਨ ਕਰਾਂਗੇ ਜੀ ਇਸ ਧਾਰਮਿਕ ਸਥਾਨ ਦੇ ਜੀ, ਅਤੇ ਤੁਹਾਨੂੰ ਵੀ ਇਸ ਸਥਾਨ ਦੇ ਦਰਸ਼ਨ ਕਰਾਵਾਂਗੇ ਜੀ, ਬਾਕੀ ਦਾ ਇਤਿਹਾਸ ਵੀ ਤੁਹਾਨੂੰ ਸਾਰਾ ਦੱਸਾਂਗੇ ਜੀ। ਬਾਕੀ ਤੁਸੀਂ ਜੇ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਵੀਡੀਓ ਚੰਗੀ ਲੱਗਦੀ ਆ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ, ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਆ ਜੀ। ਆ ਜਾਓ ਆਪਾਂ ਚੱਲਦੇ ਹਾਂ ਜੀ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ, ਨਾਲੇ ਇਤਿਹਾਸ ਜਾਣਦੇ ਹਾਂ ਜੀ। ਆਓ ਚੱਲੀਏ। Thank you.
इस स्थान के दर्शन करने तो बाद जी आप हुण चलते हैं जी गुरद्वारा हवेली साहिब तो उस जगह पर मौजूद आ जी भड़ोला साहिब उहदे भी दर्शन करते हैं जी। आप सारे जने आओ चलीए जी। मीरी पीरी दे मालक छेवें पातशाह हरगोबिंद साहब जी दे इस स्थान की वीडियो थोनू किस तरह की लगी कमेंट में जरूर दस्यो। लाइक शेयर अते चैनल नू सबसक्राइब करना ना भुल्यो। वाहिगुरू जी का खालसा वाहिगुरू जी की फतेह जी।